के बच्चे अंदर दर्ज करना चाहिए सी कहीं पे हलका व्यक्ति आ मेरा एक परिवार आ असी अज दे नहीं असी इन्हां नाल गरीब 13-14 साल हो गए सानू जुड़िया आया साडे परिवार सानू तकरीबन 2 बारी कांग्रेस पार्टी ने टिकट दिती है एक गरीब बंदे नू कांग्रेस पार्टी ने टिकट दिता मैं पहला पार्टी का धन्यवाद करना चाहना उस तो बाद धन्यवाद करना चाहना हलका दिहाती वालों का मैं आपके परिवार का जिन्होंने कि मैडम सत्कार कौर गहरी भी पहली बारी भी जो 2012 के श्री राहुल गांधी जी ने सानू टिकट दे के इत्थे दिहाती दे विच भेजिया मैडम प्रियंका गांधी जी ने सोनिया गांधी जी ने सानू जिहड़ी सेंटर की जिहड़ी टीम आ जिन्नी भी कांग्रेस की उन्होंने एक ना बहुत ही सिंपल परिवार चो जिहड़ा कि सरपंच पिंड के बने फिर जिला परिषद मैंबर बने फिर जिहड़ा कि उन्होंने सानू कांग्रेस की जिहड़ी टिकट दित्ती सी ते और असी उन्हां दा विश्वास जिहड़ा साडे ते उन्होंने किया असी 2 वारी जिहड़ा कि जिता के असी साडे हलका दिहाती ने साडे परिवार ने कि वह सानू जिहड़ा कांग्रेस पार्टी के असी सीट जित के उन्हें झोली च पाई है ਕੌਣ ਤੁਸੀਂ ਕਿਹੜੀ ਜਾਓਗੇ ਅਸੀਂ ਕਦੇ ਨਹੀਂ ਜਾਂਦੇ ਅਸੀਂ ਕਾਂਗਰਸੀ ਹਾਂ ਕਾਂਗਰਸੀ ਰਵਾਂਗੇ ਅਸੀਂ ਕਿੱਥੇ ਜਾਣਾ ਅਸੀਂ ਆਪਦੇ ਘਰੇ ਬੈਠੇ ਹਾਂ ਆ ਮੇਰਾ ਤੁਸੀਂ ਵੇਖੀ ਜਾਂਦੇ ਆ ਮੇਰੇ ਸਾਰੇ ਸਰਪੰਚ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਮਤੀ ਜਿੰਨੇ ਵੀ ਸਾਡੇ ਅਹੁਦੇ ਦੇ ਚੇਅਰਮੈਨ ਸਾਡੇ ਸਾਰੇ ਜਿਹੜੇ ਆ ਆਏ ਜਾਂਦੇ ਆ ਉਹ ਅਫਸੋਸ ਤਾਂ ਹੁੰਦਾ ਹੀ ਆ ਵੀ ਸਾਡੇ ਜਿਹੜੇ MLA ਸਾਹਿਬ ਵੀ 22 ਹਜ਼ਾਰ ਤੇ ਜਿੱਤੇ ਸੀਗੇ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਲਾਡੀ ਗੈਰੀ ਜਿੰਦਾਬਾਦ ਲਾਡੀ ਗੈਰੀ ਜਿੰਦਾਬਾਦ ਵੇਖੋ ਜਿਹੜੇ ਮੈਂ ਦੱਸਣਾ ਚਾਹੁੰਦਾ ਜਿੰਦਾਬਾਦ ਜਿਹੜਾ ਹਲਕਾ ਦਿਹਾਤੀ ਮੇਰਾ ਪਰਿਵਾਰ ਆ ਮੈਂ ਵਾਰ ਵਾਰ ਇਹੀ ਗੱਲ ਕਹਿ ਰਿਹਾ ਮੈਨੂੰ ਇਹਨਾਂ 'ਤੇ ਪੂਰਾ ਭਰੋਸਾ ਮੈਂ ਇਹਨਾਂ ਨੂੰ ਇਹੀ ਗੱਲ ਕਹਿੰਦਾ ਕੋਈ ਗੱਲ ਨਹੀਂ ਮੈਂ ਪਾਰਟੀ ਜੋ ਚੰਗਾ ਲੱਗਿਆ ਉਹਨੇ ਮਾਯੂਸੀ ਤਾਂ ਤੁਹਾਡੇ ਵਿੱਚ ਖਰਾਬ ਦਿਖਾਈ ਦੇ ਰਹੀ ਹੈ ਲੇਕਿਨ ਜਿਹੜਾ ਉਮੀਦਵਾਰ ਇਹਨਾਂ ਨੇ ਐਲਾਨ ਕੀਤਾ ਕਾਂਗਰਸ ਦਾ ਕੀ ਉਹਦੀ ਸਪੋਰਟ ਕਰੋਗੇ ਤੁਸੀਂ ਪ੍ਰਚਾਰ ਕਰੋਗੇ ਉਹਦੇ ਵਾਸਤੇ ਦੇਖੋ ਮੇਰੀ ਗੱਲ ਸੁਣੋ ਮੈਂ ਪਾਰਟੀ ਦੇ ਨਾਲ ਹਾਂ ਪਾਰਟੀ ਦੇ ਵਿੱਚ ਹੀ ਰਹਿਣਾ ਮੈਂ ਪਾਰਟੀ ਦੇ ਵਿੱਚ ਸੇਵਾ ਕਰਨੀ ਆ ਗਰੀਬ ਬੰਦਾ ਠੀਕ ਆ ਅੱਜ ਪਾਰਟੀ ਨੇ ਮੈਨੂੰ ਕਿਹਾ ਵੀ ਤੁਸੀਂ ਬੈਠੋ ਮੈਂ ਬੈਠਾ ਜਦੋਂ ਪਾਰਟੀ ਮੈਨੂੰ ਯਾਦ ਕਰੂਗੀ ਮੈਂ ਉਹਨੇ ਸੇਵਾ 6 ਹਜ਼ਾਰ ਆ ਪਾਰਟੀ ਵਿੱਚ ਮਤਲਬ ਉਮੀਦਵਾਰ ਜਿਹੜੇ ਇੱਥੇ ਲਾਣੇ ਗਏ ਉਹਦੀ ਮੈਂ ਉਮੀਦਵਾਰ ਦਾ ਅਜੇ ਨਾ ਤਾਂ ਮੇਰੇ ਕੋਲ ਆਇਆ ਨਾ ਮੈਨੂੰ ਪਤਾ ਨਾ ਉਹ ਗੱਲ ਉਹ ਤਾਂ ਮੈਨੂੰ ਸੁਣਿਆ ਵੀ ਜਿਹੜਾ ਕਿ ਪਹਿਲਾਂ ਆਪ ਵਾਲਿਆਂ 'ਚ ਸੀਗਾ ਉਹਨੂੰ ਟਿਕਟ ਮਿਲੀ ਸੀਗੀ ਦੇਖੋ ਕੋਈ ਵੀ ਪਾਰਟੀ ਆਪਣਾ ਪਾਰਟੀਆਂ ਜਿਹੜੀਆਂ ਹੁੰਦੀਆਂ ਇੱਕ ਮਾਂ ਹੁੰਦੀ ਆ ਮਾਂ ਨੂੰ ਨਿੱਤ ਬਦਲਿਆ ਨਹੀਂ ਜਾਂਦਾ ਠੀਕ ਆ ਉਹਨੂੰ ਟਿਕਟ ਜਿਹੜੀ ਸੀਗੀ ਮੇਰੇ ਖਿਆਲ ਆਪ ਵਾਲਿਆਂ ਨੇ ਦਿੱਤੀ ਸੀਗੀ ਅਤੇ ਇੱਕ ਜਦੋਂ ਕੈਂਡੀਡੇਟ ਨੂੰ ਟਿਕਟ ਮਿਲਦੀ ਇੱਕ ਬਹੁਤ ਵੱਡਾ ਵਿਸ਼ਵਾਸ ਹੁੰਦਾ ਉਸ ਪਾਰਟੀ ਨੂੰ ਕਿ ਸਾਡੀ ਇਹ ਸੀਟ ਜਿੱਤ ਕੇ ਸਾਡੀ ਝੋਲੀ 'ਚ ਪਾਊਗਾ ਉਹਨੇ ਛੱਡ ਕੇ ਆਪ ਨੂੰ ਔਰ ਲੋਕਾਂ ਦਾ 1000 ਲੋਕਾਂ ਦਾ ਜਿਹੜਾ ਆਪ ਵਾਲਿਆਂ ਦਾ ਵਿਸ਼ਵਾਸ ਤੋੜਿਆ ਉਸ ਬੰਦੇ ਨੇ ਤੋੜ ਕੇ ਅਤੇ ਜਿਹੜਾ ਦਬਾ ਦਬ ਕਾਂਗਰਸ 'ਚ ਹੋ ਗਿਆ ਜਵੈਣ ਹੋਣ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਜਿਹੜਾ ਕਿ ਟਿਕਟ ਮੰਗਣ ਲੱਗ ਗਿਆ ਕੈਂਡੀਡੇਟ ਬਣ ਗਿਆ ਮੈਂ ਨਹੀਂ ਸਮਝਦਾ ਕਿ ਉਹਨੇ ਕੋਈ ਕਿਸੇ ਪਾਰਟੀ ਲਈ ਕੁਛ ਉਹਨੇ ਕੀਤਾ ਗਾ ਕੋਈ ਇਹੋ ਜਿਹਾ ਕੰਮ ਜਿਹਨੇ ਕਿ ਸਾਡੇ ਜਿਵੇਂ ਹੁਣ 302 ਦੇ ਉੱਤੇ ਵੀ ਪਰਚੇ ਹੋਇਆ ਸਾਡੇ 'ਤੇ ਤੁਸੀਂ ਸਾਰੇ ਜਾਣਦੇ ਹੋ 302 ਵੀ ਲੱਗੀ ਆ ਜ਼ਮੀਨ ਵੀ ਗਰੀਬ ਦੀ ਵਿਕੀ ਆ ਘਰ ਵੀ ਵਿਕਿਆ ਸਾਰਾ ਕੁਛ ਵਿਕਿਆ ਮਾਂ ਪਿਓ ਵੀ ਗਵਾਇਆ ਕਮੀ ਯਾਰ ਕਿਸੇ ਬੰਦਿਆਂ ਨੂੰ ਨਾ ਦੇਖੋ ਪਾਰਟੀ ਸਾਡੀ ਕਾਂਗਰਸ ਵਰਗੀ ਨਾ ਤਾਂ ਇਹ ਦੁਨੀਆ 'ਤੇ ਹੈ ਅਤੇ ਨਾ ਹੋਣੀ ਆ ਪਰ ਕੁਝ ਬੰਦੇ ਜਿਹੜੇ ਸੀ ਸਾਡੇ ਉਹ ਜਿੱਤਣ 'ਤੇ ਖੁਸ਼ ਨਹੀਂ ਸੀਗੇ ਉਹ ਖੁਸ਼ ਨਾਰਾਜ਼ ਸੀਗੇ ਵੀ ਇਹ ਜਿਹੜੇ ਆ ਗਰੀਬ ਬੰਦੇ ਜਿਹੜੇ ਅੱਗੇ ਮੈਡਮ ਸਰਕਾਰ ਕੋਲ ਇੱਕ ਤਾਂ ਲੇਡੀ ਸੀਗੀ ਲੇਡੀ ਸੀ ਇੱਕ ਦਲਿਤ ਆ ਉਹ ਦਲਿਤ ਜਿਹੜੀ ਆ ਲੇਡੀ ਜਿਹੜੀ ਆ ਇਹ ਤਰੱਕੀ ਕਰ ਰਹੀ ਆ ਅਤੇ ਉਹਨਾਂ ਨੂੰ ਇਹ ਵੀ ਪਤਾ ਸੀ ਤੁਹਾਡੇ ਸਰਵੇ ਦੇ ਚੈਨਲਾਂ ਰਾਹੀਂ ਪਤਾ ਲੱਗ ਰਿਹਾ ਸਰਵੇ ਦੇ ਵਿੱਚ ਕਿ ਜਿਹੜੀ ਕਾਂਗਰਸ ਸੀਟ ਆ ਇਹ ਦਿਹਾਤੀ ਦੀ ਵਿੱਚੋਂ ਲੀਡ ਲਊਗੀ ਮੈਡਮ ਸਰਕਾਰ ਕੋਲ ਦੁਬਾਰਾ ਜਿੱਤੂਗੀ ਔਰ ਉਹ ਚੀਜ਼ਾਂ ਨੂੰ ਜਿਹੜੇ ਕਈ ਬੰਦਿਆਂ ਨੂੰ ਚੰਦ ਬੰਦਿਆਂ ਨੂੰ ਜਿਹੜੇ 2-4 ਬੰਦੇ ਜਿਹਨਾਂ ਮੈਂ ਕਹਿ ਦਾ ਸਕਦਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਮੈਡਮ ਬੀਬੀ ਦੁਬਾਰਾ ਜਿੱਤ ਗਈ ਤੇ ਕਿਤੇ ਤਰੱਕੀ ਨਾ ਕੀ ਤੁਹਾਡੇ ਪਾਰਟੀ ਦੇ ਬੰਦੇ ਆ ਜਿਨ੍ਹਾਂ ਨੇ ਵਿਰੋਧ ਕੀਤਾ ਨਹੀਂ ਚਲੋ ਮੈਂ ਨਹੀਂ ਕਿਸੇ ਦਾ ਕਹਿੰਦਾ ਮੈਂ ਤਾਂ ਨਾ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਜਿਨੇ ਸਾਡੇ ਗਰੀਬਾਂ ਬਾਰੇ ਮਾੜਾ ਨਹੀਂ ਜਿਹੜੇ ਚੰਦ ਬੰਦਿਆਂ ਦਾ ਤੁਸੀਂ ਨਾਂ ਲਿਆ ਕਿ ਉਹ ਪਾਰਟੀ ਦੇ ਬੰਦੇ ਹੀ ਆ ਮੈਂ ਨਾਂ ਨਹੀਂ ਕਿਸੇ ਦਾ ਲੈ ਰਿਹਾ ਪਰ ਪਤਾ ਸਭ ਨੂੰ ਹੀ ਆ ਜਿਹੜੇ ਚੰਦ ਬੰਦੇ ਆ ਉਹ ਗਰੀਬ ਦੇ ਖੁਸ਼ ਨਹੀਂ ਸੀਗੇ ਨਹੀਂ ਹੈਗੇ ਕਾਂਗਰਸ ਹੀ ਆ ਪਾਰਟੀ ਦੇ ਬੰਦੇ ਚਲੋ ਜੋ ਵੀ ਆ ਮੈਂ ਨਾ ਵੀ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਪਰ ਹੁੰਦਾ ਨਹੀਂਗਾ ਜਿਸ ਬੰਦੇ ਨੇ ਕਿਸੇ ਦੇ ਅੱਗੇ ਟੋਇਆ ਪੱਟੂਗਾ ਉਹ ਹਮੇਸ਼ਾ ਜਿਹੜਾ ਟੋਏ ਦੇ ਵਿੱਚ ਡਿੱਗਦਾ ਇਸ ਟਾਈਮ ਜੇ ਗੱਲ ਕੀਤੀ ਜਾਵੇ ਤੇ ਜੇ ਸਤਕਾਰ ਕੌਰ ਜੀ ਉਹ ਕਿੱਥੇ ਨੇ ਆ ਸਤਕਾਰ ਕੌਰ ਜੀ ਕਿਸੇ ਨੂੰ ਮਿਲਣ ਗਏ ਉਹਨਾਂ ਨੇ ਬੁਲਾਇਆ ਸੀਗਾ ਉੱਥੇ ਮਿਲਣ ਗਏ ਚੰਡੀਗੜ੍ਹ ਗਏ ਜੀ ਬਸ ਇੱਥੇ ਕਿਤੇ ਗਏ ਆ ਕਿਸੇ ਨੂੰ ਮਿਲਣ ਗਏ ਕੀ ਮੀਡੀਆ ਫੇਸ ਕਰਨਗੇ ਜੀ ਦੇਖੋ ਮੀਡੀਆ ਦੇ ਵਿੱਚ ਮੈਂ ਆ ਗਿਆ ਮੈਡਮ ਆ ਇੱਕੋ ਗੱਲ ਹੀ ਆ ਉਹਨਾਂ ਨੇ ਮੈਡਮ ਨੂੰ ਵੀ ਗੱਲ ਹੋਈ ਆ ਮੀਡੀਆ 'ਚ ਵੀ ਅਸੀਂ ਕਾਂਗਰਸੀਆਂ ਤੇ ਕਾਂਗਰਸ ਹੀ ਰਹਿਣਾ ਗਾ ਕਾਂਗਰਸ 'ਚ ਮਰਾਂਗੇ ਜਿਵੇਂ ਆਉਂਗੇ ਵੀ ਕਾਂਗਰਸ 'ਚ
देश दुनिया दी हर खबर नाल अपडेट रहने साडे जगबानी टीवी दे इंस्टाग्राम अकाउंट नु फॉलो करो और दोस्तां ते मित्रां नाल ज्यादा तो ज्यादा शेयर करो। धन्यवाद।